ਅਮਰੀਕਾ ਦੇ ਟੈਕਸਾਸ ਵਿੱਚ ਇੱਕ ਪ੍ਰਾਇਮਰੀ ਸਕੂਲ ਵਿੱਚ ਗੋਲੀਬਾਰੀ ਵਿੱਚ ਘੱਟੋ ਘੱਟ 18 ਬੱਚਿਆਂ ਸਣੇ ਹੁਣ ਤੱਕ 20 ਲੋਕਾਂ ਦੀ ਮੌਤ ਦੀ ਖਬਰ ਹੈ। ਇਸ ਵਿੱਚ ਇੱਕ ਟੀਚਰ ਦੀ ਵੀ ਮੌਤ ਹੋਈ ਹੈ। ਯੂਵਾਲਡੇ ਸ਼ਹਿਰ ਵਿੱਚ ਰੌਬ ਐਲੀਮੈਂਟਰੀ ਸਕੂਲ ਵਿੱਚ ਇੱਕ 18 ਸਾਲਾ ਸ਼ੱਕੀ ਬੰਦੂਕਧਾਰੀ ਸੈਲਵਾਡੋਰ ਰਾਮੋਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਸੁਰੱਖਿਆ ਏਜੰਸੀਆਂ ਦੀ ਕਾਰਵਾਈ ਵਿੱਚ ਉਸ ਦੀ ਮੌਤ ਹੋ ਗਈ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ੱਕੀ ਕੋਲ ਸੈਮੀ ਆਟੋਮੈਟਿਕ ਰਾਈਫਲ ਅਤੇ ਹੈਂਡਗਨ ਸੀ। ਇਹ ਗੋਲੀਬਾਰੀ ਪ੍ਰਾਇਮਰੀ ਸਕੂਲ ਵਿੱਚ ਹੋਈ ਜਿੱਥੇ 5 ਸਾਲ ਤੋਂ ਲੈ ਕੇ 11 ਸਾਲ ਦੀ ਉਮਰ ਦੇ ਬੱਚੇ ਸਨ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਦੂਜੀ, ਤੀਜੀ ਅਤੇ ਚੌਥੀ ਜਮਾਤ ਦੇ ਬੱਚੇ ਸੀ, ਜਿਨ੍ਹਾਂ ਦੀ ਉਮਰ 7 ਤੋਂ ਲੈ ਕੇ 10 ਸਾਲ ਦੇ ਵਿਚਾਲੇ ਹੈ। ਖ਼ਬਰ ਏਜੰਸੀ ਐਸੋਸੀਏਟਡ ਪ੍ਰੈਸ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰੇ ਜਦੋਂ ਗੋਲੀਬਾਰੀ ਸ਼ੁਰੂ ਹੋਈ ਤਾਂ US ਬਾਰਡਰ ਪੈਟਰੋਲ ਦੇ ਮੁਲਾਜ਼ਮ ਘਟਨਾ ਵਾਲੀ ਥਾਂ ਤੋਂ ਨੇੜੇ ਹੀ ਸੀ। ਉਹ ਤੁਰੰਤ ਸਕੂਲ ਪਹੁੰਚੇ ਅਤੇ ਉਹਨਾਂ ਨੇ ਬੈਰੀਕੇਡ ਦੇ ਪਿੱਛੇ ਮੌਜੂਦ ਹਮਲਾਵਰ ਨੂੰ ਮਾਰ ਮੁਕਾਇਆ। ਸਥਾਨਕ ਮੀਡੀਆ ਦੇ ਮੁਤਾਬਕ ਅਜਿਹਾ ਖਦਸ਼ਾ ਹੈ ਕਿ ਹਮਲਾਵਰ ਇਲਾਕੇ ਦੇ ਹੀ ਹਾਈ ਸਕੂਲ ਦਾ ਵਿਦਿਆਰਥੀ ਸੀ। ਉਸਨੇ ਮਿਲਟਰੀ ਗ੍ਰੇਡ ਦੀਆਂ 2 ਰਾਈਫਲਾਂ ਖਰੀਦੀਆਂ ਸਨ ਅਤੇ ਸਕੂਲ ਆਉਣ ਤੋਂ ਪਹਿਲਾਂ ਆਪਣੀ ਦਾਦੀ ਦਾ ਕਤਲ ਕੀਤਾ ਸੀ। ਬੈਰੀਅਰ ਤੋੜਦੇ ਹੋਏ ਹਮਲਾਵਰ ਸਕੂਲ ਦੇ ਕੈਂਪਸ ਵਿੱਚ ਆਪਣੀ ਕਾਰ ਰਾਹੀਂ ਵੜਿਆ। ਉਸਨੇ ਬੁਲੇਟ ਪਰੂਫ ਜੈਕਟ ਪਾਈ ਹੋਈ ਸੀ। ਸਾਲ 2012 ਤੋਂ ਬਾਅਦ ਇਸ ਨੂੰ ਸਕੂਲਾਂ ਤੇ ਹੋਈ ਸਭ ਤੋਂ ਭਿਆਨਕ ਗੋਲੀਬਾਰੀ ਦੱਸਿਆ ਗਿਆ ਹੈ। 2012 ਵਿੱਚ ਕਨੈਕਟੀਕਟ ਦੇ ਸੈਂਡੀ ਹੂਕ ਦੇ ਪ੍ਰਾਇਮਰੀ ਸਕੂਲ ਤੇ ਹੋਏ ਹਮਲੇ ਵਿੱਚ 20 ਬੱਚਿਆਂ ਅਤੇ ਸਟਾਫ ਦੇ 6 ਲੋਕਾਂ ਦੀ ਮੌਤ ਹੋਈ ਸੀ। ਤਾਜ਼ਾ ਘਟਨਾ ਦੇ ਸੰਬੰਧ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਪੀਟ ਓਰਡੋਂਡੋ ਨੇ ਕਿਹਾ ਕਿ ਘਟਨਾ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 11:30 ਵਜੇ ਵਾਪਰੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਮਲਾਵਰ ਨੇ ਇਸ ਘਟਨਾ ਨੂੰ ਇਕੱਲਿਆਂ ਹੀ ਅੰਜਾਮ ਦਿੱਤਾ ਹੈ। ਇਸ ਸਕੂਲ ਵਿੱਚ ਤਕਰੀਬਨ 500 ਬੱਚੇ ਪੜ੍ਹਦੇ ਨੇ। ਯੂਨੀਵਰਸਿਟੀ ਹੈਲਥ ਹਸਪੀਟਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ 66 ਸਾਲਾ ਔਰਤ ਅਤੇ ਇੱਕ 10 ਸਾਲ ਦੀ ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ। CBS ਦੇ ਮੁਤਾਬਕ ਇਸ ਘਟਨਾ ਦੀ ਜਾਂਚ FBI ਵੀ ਕਰ ਰਹੀ ਹੈ। ਆਪਣੇ ਭਾਸ਼ਣ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਇਸ ਤਰ੍ਹਾਂ ਦੀ ਗੋਲੀਬਾਰੀ ਤੇ ਬਿਆਨ ਦਿੰਦੇ ਹੋਏ ਉਹ ਥੱਕ ਚੁੱਕੇ ਨੇ। ਉਹਨਾਂ ਨੇ ਗਨ ਕੰਟਰੋਲ ਦੀ ਵੀ ਗੱਲ ਕਹੀ। ਉਹਨਾਂ ਨੇ ਹੁਕਮ ਦਿੱਤੇ ਨੇ ਕਿ ਯੂਵਾਲਡੇ ਪੀੜਤਾਂ ਦੇ ਸਨਮਾਨ ਵਿੱਚ ਵਾਈਟ ਹਾਊਸ ਅਤੇ ਦੂਜੀਆਂ ਅਮਰੀਕੀ ਫੈਡਰਲ ਬਿਲਡਿੰਗਾਂ ਤੇ ਝੰਡੇ ਨੂੰ ਅੱਧਾ ਝੁਕਾਇਆ ਜਾਵੇ। ਬਾਈਡਨ ਨੇ ਕਿਹਾ ਕਿ ਅਸੀਂ ਇਹ ਲਗਾਤਾਰ ਕਿਉਂ ਹੋਣ ਦੇ ਰਹੇ ਹਾਂ। ਹੁਣ ਸਮਾਂ ਆ ਗਿਆ ਹੈ ਕਿ ਇਸ ਦਰਦ ਨੂੰ ਅਸੀਂ ਐਕਸ਼ਨ ਵਿੱਚ ਬਦਲੀਏ, ਮਾਪਿਆਂ ਦੇ ਲਈ, ਇਸ ਦੇਸ਼ ਦੇ ਹਰ ਨਾਗਰਿਕ ਦੇ ਲਈ। ਇਸ ਦੇਸ਼ ਦੇ ਹਰ ਚੁਣੇ ਹੋਏ ਅਧਿਕਾਰੀ ਨੂੰ ਇਹ ਸਪਸ਼ਟ ਕਰਨਾ ਹੋਏਗਾ ਕਿ ਹੁਣ ਕਦਮ ਚੁੱਕਣ ਦਾ ਸਮਾਂ ਆ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਹੁਣ ਉਹਨਾਂ ਲੋਕਾਂ ਦਾ ਵੀ ਸਮਾਂ ਆ ਗਿਆ ਹੈ ਜੋ ਹਥਿਆਰ ਦੇ ਲਈ ਕਾਨੂੰਨ ਬਣਾਉਣ ਦੀ ਰਾਹ ਵਿੱਚ ਅੜਿੱਕਾ ਪਾ ਰਹੇ ਨੇ।